लुधियाणा के बामिया इलाके दे विच खेतां विचों मिली भेत भरे हालातों विच नाबालिग लड़की की लाश। लड़की की उम्र 17 साल दसी जाती है और वह 11वीं जमात विच पढ़ती है। कल पेपर देने लई स्कूल गई सी पर घर वापस नहीं आई। परिवारिक मैंबर कल दे ही लड़की नूं लभ रहे सन। लड़की ताजपुरा पिंड की रहने वाली है। उसका पिता बर्गर बनाने का काम करता है। अज सवेरे कुछ सैर करने वाले लोगों ने खेतों में पई लड़की की लाश देखी तो वह पुलिस को सूचित किया। पुलिस ने मौके पर पहुँच के लाश को अपने कब्जे में लेके अगली कार्रवाई शुरू कर दी है। असल में मामला पोस्टमार्टम की रिपोर्ट तो बाद ही साफ होगा कि मृतक लड़की नाल रेप होया है जां कोई होर आपसी रंजिश का मामला है। लुधियाणा तो अमन टांगर की रिपोर्ट, लाइव भारत। ਜਿਹੜੀ ਕੁੜੀ ਦੀ ਮਿਲੀ ਬੋਡੀ ਕਿਹੜੀ ਜਗ੍ਹਾ ਤੋਂ ਮਿਲੀ ਜੀ? ਸਰ ਭਾਮੀਆਂ ਰੋਡ ਤੋਂ। ਸਰ ਸਾਹਮਣੇ ਜੀ? ਹਾਂਜੀ ਸਰ, ਭਾਮੀਆਂ ਰੋਡ ਤੋਂ। ਸਰ ਕੀ ਨਾਮ ਹੈ ਕੁੜੀ ਦਾ, ਕਦੋਂ ਹੋਈ ਸੀ? ਨਾਂ ਨਹੀਂ ਪਤਾ ਲੱਗਾ ਕੁੜੀ ਦਾ। ਤੇ ਸਰ ਕੁੜੀ ਰਹਿਣ ਵਾਲੀ ਕਿੱਥੇ ਦੀ, ਕਦੋਂ ਘਰ ਤੋਂ ਮਿਸ ਹੋਈ ਜੀ? ਇਹ ਕੱਲ ਦੀ ਹੈ, ਪਤਾ ਲੱਗਾ ਜਾਂ ਕੱਲ ਦੀ ਮਿਸ ਹੋਈ ਹੈ? ਪਰਿਵਾਰਾਂ ਨੇ ਕੰਪਲੇਂਟ ਵੀ ਕੀਤੀ ਸੀ? ਕੀਤੀ ਹੋਇਆ, ਉਹਨਾਂ ਨੇ ਕੰਪਲੇਂਟ ਹਲੇ ਆਏ ਨਹੀਂ ਸਾਡੇ ਕੋਲ ਹਲੇ। ਕੰਪਲੇਂਟ ਤਾਂ ਕੀਤੀ। ਤੇ ਸਰ ਕਿੰਨੀ ਕੁ ਉਮਰ ਹੈ ਜੀ ਕੁੜੀ ਦੀ? ਕੁੜੀ 16-17 ਸਾਲ ਹੈ। ਤੇ ਕੀ ਇਹ ਸਕੂਲ ਗਈ ਸੀ ਜਾਂ ਕੀ ਉਹ ਕੀ ਮਤਲਬ ਕੰਪਲੀਟ ਵਗੈਰਾ? ਸਕੂਲ ਗਈ ਸੀ ਕੱਲ। ਦੀ ਮੌਕੇ 'ਤੇ ਜਾ ਕੇ ਬੋਡੀ ਲਿਆ ਕੇ ਮੋਰਚਰੀ ਜੀ ਰੱਖ ਦੀ, ਬੋਰਡ ਬਣੂਗਾ ਉਹਨਾਂ ਦੀ ਬਾਰ ਸਾਣਗੇ, ਉਹਨਾਂ ਦੀ ਬੈਨਰ 'ਤੇ ਪਰਚਾ ਹੋਈ ਜੋ ਵੀ ਕਾਰਵਾਈ ਬਣਦੀ ਹੈ। ਅਤੇ ਇਸ ਪਰਿਵਾਰ ਨੇ ਜਿਹੜੀ ਰਿਪੋਰਟ ਕਦੋਂ ਲਿਖਾਈ ਸੀ ਮਿਸਿੰਗ ਦੀ? ਕੱਲ੍ਹ ਹੀ ਲਿਖਾਈ ਦੀ, ਆਪਣੇ ਕੋਲ ਨਹੀਂ ਆਈ ਰਿਪੋਰਟ ਇਹਦੀ। ਰਿਪੋਰਟ ਤਾਂ ਇੱਧਰ ਕਿਤੇ 3 ਨੰਬਰ ਵੀ ਹੈ, ਪਤਾ ਨਹੀਂ ਕਿੱਥੇ ਲਿਖਾਈ ਹੈ ਇਹਨਾਂ ਨੇ। ਅੱਛਾ ਜੀ, ਹਾਂਜੀ। ਅਤੇ ਸਰ ਤੁਸੀਂ ਕਿਹੜੇ ਥਾਣੇ ਤੋਂ? ਜੀ ਮੈਂ ਭਾਮੀਆਂ ਚੌਂਕੀ ਤੋਂ, ਜਮਾਲ ਥਾਣਾ ਮੁੰਡੀਆਂ ਕਲਾਂ ਚੌਂਕੀ ਤੋਂ, ਥਾਣਾ ਜਮਾਲ। ਸ਼ੁਭ ਨਾਮ ਕੀ ਸਰ ਤੁਹਾਡਾ ਜੀ? ਇਸ ਸ਼ੁਭ ਨਾਮ। ਥੈਂਕ ਯੂ ਜੀ।